ਬਾਈ ਸਰਪਣਾ ਆ ਸਰਪਣਾ ਕਿੱਥੇ ਆ ਆ ਬਾਈ ਅੱਜ ਦਾ ਅਖਬਾਰ ਪੜਿਆ ਕਿ ਨਹੀਂ ਓਏ ਕਿਉਂ ਕੋਈ ਧਰਮਿੰਦਰ ਦੀ ਨਵੀਂ ਫਿਲਮ ਲੱਗੀ ਹੈ ਤੇ ਜਾਂ ਫਿਰ ਸਨੀ ਦਿਓਲ ਤੇ ਧਰਮਿੰਦਰ ਨਾਲ ਜਿਹੜਾ ਮੈਨੂੰ ਕੰਮ ਦਿਵਾਉਣਾ ਫਿਲਮ 'ਚ ਹੁਸ਼ਿਆਰੀ ਲਾਲ ਲੋਦੇ ਨੇ ਉਹਦੀ ਕੋਈ ਖਬਰ ਲੱਗੀ ਹੈ ਓਏ ਓਏ ਹੁਸ਼ਿਆਰੀ ਲਾਲ ਲੋਦਾ ਹੀ ਤਾਂ ਸਾਰਿਆਂ ਨੂੰ ਲੋਦੇ ਲਾ ਗਿਆ ਓਏ ਖੜੇ ਕੀ ਬੁਝਾਰਤਾਂ ਪਾਈ ਜਾਂਦੇ ਹੋ ਜਿਹੜੀ ਗੱਲ ਹੈ ਖੁੱਲ ਕੇ ਦੱਸੋ ਓਏ ਤੋਤੀ ਓਏ ਤੂੰ ਹੀ ਦੱਸ ਯਾਰ ਬਾਈ ਜਿਹੜਾ ਆਪਾਂ ਹੁਸ਼ਿਆਰੀ ਲਾਲ ਲੋਦੇ ਨੂੰ ਪੂਰਾ 5 ਲੱਖ ਰੁਪਇਆ ਦੇ ਕੇ ਆਏ ਸੀਗੇ ਨਾ ਉਹਨਾਂ ਲੋਕਾਂ ਦਾ ਪੂਰਾ 1 ਕਰੋੜ ਰੁਪਇਆ ਨਾ ਲੈ ਕੇ ਫਰਾਰ ਹੋ ਗਿਆ ਨਾਲੇ ਅਖਬਾਰ ਚ ਨਾ ਇਹ ਵੀ ਲਿਖਿਆ ਵੀ 40-50 ਮੁੰਡੇ ਕੁੜੀਆਂ ਨੂੰ ਐਕਟਰ ਬਣਾਉਣ ਦਾ ਝਾਂਸਾ ਦਿੱਤਾ ਸੀਗਾ ਉਹਨੇ ਤੇ ਜਿਹੜਾ ਉਹਨੇ ਏਡਾ ਸ਼ਾਨਦਾਰ ਦਫ਼ਤਰ ਬਣਾਇਆ ਸੀ ਨਾ ਉਹਦਾ ਸਾਰਾ ਸਮਾਨ ਕਿਰਾਏ ਦਾ ਸੀ ਤੇ ਅਖਬਾਰ ਚ ਇਹ ਵੀ ਲਿਖਿਆ ਵੀ ਆਪ ਹੁਣ ਬਾਹਰਲੇ ਮੁਲਕ ਦੌੜ ਗਿਆ ਬੇ ਨਹੀਂ ਬੇ ਉਹ ਬਾਹਰ ਅੰਗਰੇਜ਼ੀ ਫਿਲਮਾਂ ਚ ਕੰਮ ਕਰਾਊਗਾ ਇਹ ਤੋਂ ਉਹ ਚਾਚੀ ਉਹ ਘਪਲਾ ਕਰਕੇ ਭੱਜਿਆ ਆਪਣੇ ਨਾਲ ਠੱਗੀ ਮਾਰ ਕੇ ਗਿਆ ਉਹ ਤੇ ਫਿਰ ਆਪਾਂ ਐ ਕਰਦੇ ਆ ਚਲੋ ਉੱਥੇ ਦੇ ਕੁਰਸੀਆਂ ਮੇਜ ਪੱਖੇ ਤੇ ਉਹ ਜਿਹੜੀ ਠੰਡੀ ਹਵਾ ਵਾਲੀ ਮਸ਼ੀਨ ਹੁੰਦੀ ਹੈ ਉਹ ਵੀ ਲਾ ਲੈਣੇ ਆ ਛੇਕੜ ਜਾਂਦੇ ਚੋਰ ਦੀ ਪੱਗ ਹੀ ਸਹੀ ਓਏ ਚਾਚੀ ਓਏ ਦੱਸੀ ਤਾਂ ਜਾਂਦਾ ਵੀ ਸਾਰਾ ਸਮਾਨ ਕਿਰਾਏ ਦਾ ਸੀ ਲੈ ਗਏ ਹੋਣੇ ਆ ਚੰਗਾ ਬਈ ਸਰਵਣਾ ਅਸੀਂ ਤਾਂ ਚੱਲਦੇ ਆ ਕਿਸ਼ਤਾਂ ਪੂਰੀਆਂ ਨਹੀਂ ਹੋਈਆਂ ਜੱਟ ਦੇ ਘਰ ਦੀ ਸ਼ਾਨ ਹੁੰਦਾ ਟਰੈਕਟਰ ਇੰਨਾ ਕੁਝ ਗਵਾ ਕੇ ਤੈਨੂੰ ਅਕਲ ਨਹੀਂ ਆਈ ਜੇ ਅਕਲ ਆਈ ਹੈ ਤਾਂ ਹੀ ਤਾਂ ਖੇਤਾਂ ਨੂੰ ਚੱਲਿਆ ਬਾਪੂ ਖੇਤਾਂ ਨੂੰ ਕੰਮ ਕਰ ਪੁੱਤ ਹਾਂ ਬਾਪੂ ਵੱਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਕਦੇ ਵੀ ਕਿਸੇ ਨੂੰ ਅਕਲ ਦਿੱਤੇ ਅਕਲ ਨਹੀਂ ਆਉਂਦੀ ਜਦ ਤੱਕ ਬੰਦੇ ਦੀ ਅੰਤਰ ਆਤਮਾ ਤੇ ਸੱਟ ਨਾ ਵੱਜੇ ਉਹਨੂੰ ਠੋਕਰ ਨਾ ਲੱਗੇ ਗਲਤ ਕੀ ਹੈ ਸਹੀ ਕੀ ਹੈ ਪਤਾ ਨਹੀਂ ਲੱਗਦਾ ਬਸ ਤੂੰ ਹੁਣ ਘਰੇ ਆਰਾਮ ਕਰ ਬਾਪੂ ਬਾਕੀ ਕੰਮ ਮੇਰੇ ਤੇ ਛੱਡ ਦੇ